ਸਵੱਛ ਭਾਰਤ ਯਾਤਰਾ ਦੇ ਸਵਾਗਤ ਸੰਬੰਧੀ ਮਲੇਰਕੋਟਲਾ ਕਲੱਬ ਵਿਖੇ ਫੂਡ ਸੇਫਟੀ ਅਫਸਰ ਮੈਡਮ ਦੀਵਿਆ ਗੋਸਵਾਮੀ ਦੀ ਦੇਖ ਰੇਖ ਹੇਠ ਉਲੀਕੇ ਪ੍ਰੋਗਰਾਮ ਮੌਕੇ ਸ਼ਹਿਰ ਦੇ ਮਸ਼ਹੂਰ ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ, MDKS ਕੰਬਾਈਨਸ ਅਤੇ ਕੇਸਰ ਭੁੱਲਰ ਨੇ ਪੂਰਾ ਸਹਿਯੋਗ ਦਿੱਤਾ। ਸਾਈਕਲ ਰੈਲੀ ਦੇ ਇੱਥੇ ਪਹੁੰਚਣ ਤੇ ਇਸਦਾ ਸਵਾਗਤ ਗੁਲਦਸਤੇ ਅਤੇ ਫੁੱਲਾਂ ਨਾਲ ਸਥਾਨਕ SDM ਚਰਨਦੀਪ ਸਿੰਘ ਅਤੇ ਕਮਾਂਡਰ HS ਬਰਾੜ ਦੀ ਰਹਿਨੁਮਾਈ ਹੇਠ 14 ਪੰਜਾਬ NCC ਬਟਾਲੀਅਨ ਨਾਭਾ ਵੱਲੋਂ ਸੂਬੇਦਾਰ ਮੇਜਰ ਹਰਜੋਤ ਸਿੰਘ, ਸੂਬੇਦਾਰ ਮੁਕੇਸ਼, ਸੂਬੇਦਾਰ ਜੋਗਿੰਦਰ ਸਿੰਘ, ਸੂਬੇਦਾਰ ਕਸ਼ਮੀਰ ਸਿੰਘ, HS ਨਿਰਪਾਲ ਸਿੰਘ ਅਤੇ BHM ਗੁਰਿੰਦਰ ਸਿੰਘ ਵੱਲੋਂ ALPI ਸਟਾਫ ਸਮੇਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮਾਂਡਰ HS ਬਰਾੜ ਨੇ ਦੱਸਿਆ ਕਿ ਉਕਤ ਰੈਲੀ ਲੇਹ ਤੋਂ ਚੱਲੀ ਹੈ ਅਤੇ 27 ਜਨਵਰੀ ਨੂੰ ਦਿੱਲੀ ਪਹੁੰਚ ਕੇ ਸਮਾਪਤ ਹੋਵੇਗੀ। ਉਨ੍ਹਾਂ ਆਖਿਆ ਕਿ ਰੈਲੀ ਦਾ ਮਕਸਦ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਖਾਣ ਪੀਣ ਲਈ ਜਾਗਰੂਕ ਕਰਨਾ, ਜਦੋਂ ਕਿ SDM ਮਲੇਰਕੋਟਲਾ ਨੇ ਆਖਿਆ ਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਸਾਨੂੰ ਵੀ ਇਸ ਰੈਲੀ ਦਾ ਜ਼ਿਆਦਾ ਤੋਂ ਜ਼ਿਆਦਾ ਸਮਰਥਨ ਕਰਨਾ ਚਾਹੀਦਾ। ਉਨ੍ਹਾਂ ਹੋਰ ਆਖਿਆ ਹੈ ਕਿ ਕੱਲ੍ਹ ਰੈਲੀ ਵੱਲੋਂ ਪ੍ਰਭਾਤ ਫੇਰੀ ਦੌਰਾਨ ਆਮ ਸ਼ਹਿਰ ਨਿਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਉਸ ਤੋਂ ਅਗਲੇ ਦਿਨ ਉਕਤ ਰੈਲੀ ਇੱਥੋਂ ਲੁਧਿਆਣਾ ਲਈ ਰਵਾਨਾ ਹੋਵੇਗੀ। ਆਜ਼ਾਦ TV ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਵੀ ਚੰਗਾ ਖਾਓ, ਚੰਗੀ ਸਿਹਤ ਰਵੇ ਸਾਡੀ, ਇਸ ਲਈ ਵੀ ਜ਼ਿਆਦਾ ਅੱਜ ਕੱਲ੍ਹ ਬਰਗਰ ਵਗੈਰਾ ਬੱਚੇ ਖਾਂਦੇ, ਅਸੀਂ ਵੀ ਖਾ ਹੀ ਲੈਂਦੇ ਹਾਂ, ਪਰ ਅੱਜ ਤੋਂ ਪਤਾ ਲੱਗਿਆ ਕਿ ਨਹੀਂ ਖਾਣਾ ਚਾਹੀਦਾ। ਰੇਟ ਹੈਗੇ ਸਾਰੇ ਜਿੰਨੇ ਹੈਗੇ ਇੱਥੇ ਸਾਡਾ ਜਿਹੜਾ ਸੀਗਾ ਬਠਿੰਡਾ ਰਿਸੀਵ ਕੀਤੀ ਆਪਾਂ ਰੈਲੀ, ਸਵੱਛ ਭਾਰਤ ਰੈਲੀ ਜਿਹੜੀ ਸਵੱਛ ਭਾਰਤ ਵਾਲੀ ਹੈ, ਉਸ ਤੋਂ ਲੈ ਕੇ ਆਪਾਂ ਇਹਨਾਂ ਨੂੰ ਬਰਨਾਲੇ ਲੈ ਕੇ ਆਏ, ਫਿਰ ਬਰਨਾਲੇ ਆਪਾਂ ਪ੍ਰਭਾਤ ਫੇਰੀ ਕੀਤੀ, ਫਿਰ ਅਗਲੇ ਦਿਨ ਬਰਨਾਲੇ ਤੋਂ ਤੁਰ ਕੇ ਆਪਾਂ ਅੱਜ ਪਹੁੰਚੇ ਹਾਂ ਮਲੇਰਕੋਟਲਾ। ਮਲੇਰਕੋਟਲਾ ਪਹੁੰਚ ਕੇ ਸਾਡਾ ਬੜਾ ਭਾਵਯ ਸਵਾਗਤ ਕੀਤਾ ਹੈ SDM ਸਰ ਨੇ। ਇਸ ਤੋਂ ਬਾਅਦ ਕੱਲ੍ਹ ਸਵੇਰੇ ਫਿਰ ਪ੍ਰਭਾਤ ਫੇਰੀ ਹੋਏਗੀ ਇੱਥੇ ਅਤੇ ਪਰਸੋਂ ਇੱਧਰੋਂ ਤੁਰਨਗੇ ਲੋਕ ਸਾਰੇ ਲੁਧਿਆਣਾ ਵਾਸਤੇ। ਸਟਾਰਟਿੰਗ ਕਿੱਥੋਂ ਹੋਈ ਹੈ ਜੀ? ਲੇਹ ਤੋਂ, ਲੇਹ ਤੋਂ ਸਟਾਰਟ ਹੋਈ ਹੈ ਅਤੇ 27 ਦਸੰਬਰ ਨੂੰ ਇਹਨਾਂ ਨੇ ਸਾਰੇ 27 ਜਨਵਰੀ ਨੂੰ ਇਹਨਾਂ ਨੇ ਸਾਰਿਆਂ ਨੇ ਦਿੱਲੀ ਪਹੁੰਚਣਾ। ਔਰ ਮੇਨ ਮੋਟਿਵ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਇਹ ਰੈਲੀ ਹੈਗੀ। ਏਮ ਹੈਗਾ ਈਟ ਸੇਫ ਈਟ ਰਾਈਟ ਈਟ 45, ਇਹ ਏਮ ਹੈਗਾ ਇਹਨਾਂ ਦਾ। NCC ਬਟਾਲੀਅਨ ਆਰਮੀ ਦੀ ਇੱਥੇ ਸਾਈਕਲ ਰੈਲੀ ਆਈ ਹੈ। ਬੱਚਿਆਂ 'ਚ ਸਾਈਕਲਿਸਟ ਬਹੁਤ ਜ਼ਿਆਦਾ ਉਤਸ਼ਾਹ ਅਸੀਂ ਦੇਖਿਆ, ਇਹਨਾਂ ਦਾ ਅਸੀਂ ਅੱਜ ਸਵਾਗਤ ਕੀਤਾ। ਇਹ ਆਪਣੇ ਕੋਲ 3 ਦਿਨ ਰਹਿਣਗੇ। ਇਹਨਾਂ ਦਾ ਮੈਸੇਜ ਹੈ ਜਿਹੜਾ, ਇਹ ਬਹੁਤ ਖੂਬਸੂਰਤ ਮੈਸੇਜ ਹੈ ਵੀ ਵਧੀਆ ਖਾਓ, ਤੰਦਰੁਸਤ ਰਹੋ ਅਤੇ ਦੇਸ਼ ਦੇ ਵਿੱਚ ਸਵੱਛਤਾ ਲਿਆਓ। ਇਹ ਸਵੇਰੇ ਪ੍ਰਭਾਤ ਫੇਰੀ ਕੱਢਣਗੇ, ਕੱਲ੍ਹ ਪ੍ਰਭਾਤ ਫੇਰੀ ਕੱਢਣਗੇ, ਉਸ ਤੋਂ ਬਾਅਦ ਹਰ ਕਿਸੇ ਨਾਗਰਿਕ ਨੂੰ ਜਾਗਰੂਕ ਕਰਨਗੇ ਵੀ ਜਿਹੜਾ ਆਪਣਾ ਖਾਣ ਪਾਣ ਹੈ ਆਪਾਂ ਉਹਦੇ ਵਿੱਚ ਸੁਧਾਰ ਲਿਆਈਏ, ਸਵੱਛ ਖਾਈਏ, ਵਧੀਆ ਖਾਈਏ। ਅਤੇ ਪਰਸੋਂ ਇਹ ਰੈਲੀ ਲੁਧਿਆਣਾ ਜਾਏਗੀ। ਇਹ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ ਤੰਦਰੁਸਤ ਪੰਜਾਬ, ਉਸ ਦੀ ਵੀ ਪ੍ਰੋੜਤਾ ਕਰਦੇ ਹਨ। ਮੈਂ ਕਰਨ ਸਾਹਿਬ ਦਾ ਅਤੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਜਿਹੜੇ ਸਾਈਕਲਿਸਟ ਦਾ ਮੈਂ ਜੋ ਉਤਸ਼ਾਹ ਦੇਖਿਆ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ।